ਕਿ ਕੋਈ ਸ਼ਖਸ ਕੱਲ ਇਹ ਜੁਮਲਾ ਨਹੀਂ ਕਵੇਗਾ ਕਿ ਅਸੀਂ ਅਬੁਲ ਫੈਜ਼ ਦੇ ਦਰ ਤੋਂ ਫਿਰ ਉਹਨਾਂ ਦੇ ਫਰਜ਼ੰਦ ਅਰਜਮੰਦ ਪੀਰ ਅਲੀ ਹੈਦਰ ਸ਼ਾਹ ਸਾਹਿਬ ਦੀ ਦਾਤੇ ਵਲੀਮਾ ਤੋਂ ਅਸੀਂ ਲੰਗਰ ਨਹੀਂ ਖਾਧਾ, ਅਸੀਂ ਖਾਲੀ ਗਏ ਹਾਂ, ਸਾਨੂੰ ਨਹੀਂ ਮਿਲਿਆ। ਇਹ ਐਲਾਨ ਮੈਂ ਬਾਰ ਬਾਰ ਕਰ ਰਿਹਾ ਕਿ ਅਬੁਲ ਫੈਜ਼ ਦੇ ਦਰ ਨੂੰ ਅਤੇ ਉਹਨਾਂ ਦੇ ਘਰ ਨੂੰ ਅਤੇ ਉਹਨਾਂ ਦੀ ਔਲਾਦ ਨੂੰ ਅਤੇ ਇੰਤਜ਼ਾਮੀਆਂ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਕੱਲ੍ਹ ਕੋਈ ਲੋਕ ਇਸ਼ਾਰਾ ਤਨ ਉਂਗਲੀ ਦਾ ਇਸ਼ਾਰਾ ਕਰਕੇ ਕਦੇ ਵੀ ਨਹੀਂ ਇਹ ਗੱਲ ਕਰਨੀ ਕਿ ਸਾਨੂੰ ਲੰਗਰ ਨਹੀਂ ਮਿਲਿਆ। ਅਸੀਂ ਬੁਲਾ ਬੁਲਾ ਕੇ ਫਿਰ ਆਵਾਜ਼ ਦੇ ਕੇ ਬੇਨਤੀ ਕਰਕੇ ਉਹਨਾਂ ਦੇ ਪੈਰਾਂ ਨੂੰ ਚਰਨਾਂ ਨੂੰ ਹੱਥ ਲਾ ਕੇ ਗੁਜ਼ਾਰਿਸ਼ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਖਾਣਾ ਹੁਣ ਤੱਕ ਨਹੀਂ ਖਾਧਾ ਉਹ ਬਿਲਕੁਲ ਆਓ ਔਰ ਫਿਰ ਅਲੀ ਹੈਦਰ ਸ਼ਾਹ ਸਾਹਿਬ ਦੇ ਦਾਤੇ ਵਲੀਮਾ ਦਾ ਲੰਗਰ ਜਿਹੜਾ ਉਹ ਲੈ ਕੇ ਜਾਓ, ਔਰ ਬਲਕਿ ਲੈ ਕੇ ਨਾ ਜਾਓ, ਖਾ ਕੇ ਜਾਓ, ਕਿਉਂਕਿ ਇਸ ਵਾਸਤੇ ਕਿ ਤਾਹਿਰ ਸਾਹਿਬ ਜਿਹੜੇ ਸ਼ੇਖ ਤਾਹਿਰ ਸਾਹਿਬ ਨੇ ਉਹਨਾਂ ਨੇ ਲੈ ਕੇ ਵੀ ਜਾਣਾ, ਇਕੱਲਾ ਬੰਦਾ ਲਿਜਾ ਸਕਦਾ, ਬਾਕੀ ਲੋਕ ਨਾਟ ਅਲਾਊਡ। ਮੇਰਾ ਖਿਆਲ ਪੀਰ ਹਸਨੈਨ ਗਿਲਾਨੀ ਸ਼ਾਹ ਸਾਹਿਬ ਆਪ ਤਸ਼ਰੀਫ ਲਿਜਾ ਰਹੇ ਹੈ, ਔਰ ਕਾਰੀ ਮੁਹੰਮਦ ਯੂਨਸ ਚਿਸ਼ਤੀ ਸਾਹਿਬ, ਔਰ ਇਸੇ ਤਰ੍ਹਾਂ ਸੈਯਦ ਪੀਰ ਇਮਰਾਨ ਅਹਿਮਦ ਵਲੀ ਸ਼ਾਹ ਸਾਹਿਬ ਆਪ ਵੀ ਤਸ਼ਰੀਫ ਲਿਜਾ ਰਹੇ ਹੈ। ਮੌਲਾ ਭਾਈ ਯੇ ਮੌਲਾ ਆਪਕੀ ਤਰਫ ਸੇ ਇਸ਼ਾਰਾ ਆਪਨੇ ਮਤਲਬ ਕਰੀਏ ਸਰ, ਅੱਲਾ ਮੌਲਾ ਮਾਈ ਤਕ ਪਾਕ ਆਪਕੀ ਮਦਦ ਫਰਮਾਇਆ ਔਰ ਮਦੀਨਾ ਆਲੀਆ ਮੇ ਹਮਾਰੇ ਔਰ ਆਪਕੀ ਮੁਲਾਕਾਤ ਔਰ ਅੱਲਾ ਨਸੀਬ ਕਰੇ। ਜੋ ਪੀਰ ਇਮਰਾਨ ਵਲੀ ਸ਼ਾਹ ਸਾਹਿਬ ਆਪ ਤਸ਼ਰੀਫ ਲਿਜਾ ਰਹੇ ਹੈ, ਮੇਰੇ ਮਾਲਕ ਅਗਰ ਆਪ ਤਸ਼ਰੀਫ ਲਿਜਾ ਰਹੇ ਹੈ ਤਾਂ ਠੀਕ 15 ਮਿੰਟ ਕੇ ਬਾਅਦ ਹਮ ਵੀ ਚਲੇ ਜਾਏਗੇ। ਕਿਆ ਬਾਤ ਹੈ, ਜ਼ਰੂਰੀ ਹੈ ਯਾਰ ਜ਼ਿੰਦਾ ਸੋਬਤ, ਬਾਕੀ ਯਾਰ ਹਮਸੇ ਕੋਈ ਗਲਤੀ ਅਲਫਾਜ਼ੀ ਮੇ ਹੋਈ ਹੋ ਤੋ ਖੁਦਾ ਰਹਾ ਹਮੇ ਮਾਫ ਕਰ ਦੇਣਾ, ਹਮਾਰੇ ਪੀਰ ਕੇ ਆਜ਼ਾਦ ਸੇ ਵਲੀਮਾ ਹੈ, ਹਮੇ ਵੀ ਵਕਤ ਬਹੁਤ ਕਮ ਮਿਲਤਾ ਹੈ ਕਿ ਆਪਣਾ ਸ਼ਹਿਰ ਛੋੜ ਕਰ ਆਪਣਾ ਘਰ ਛੋੜ ਕਰ ਕੌਣ ਜਾਤਾ ਹੈ, ਮਗਰ ਆਜ ਕੀ ਖੁਸ਼ੀ ਕਾ ਦਿਨ ਮੈਂ ਆਪਣੇ ਪੀਰ ਕੇ ਨਾਮ ਲਿਖ ਰਹਾ ਹੂੰ, ਆਪਣੇ ਸ਼ਹਿਰ ਕੇ ਨਾਮ ਲਿਖ ਰਹਾ ਹੂੰ, ਆਪਣੇ ਅਲੀ ਹੈਦਰ ਕੇ ਨਾਮ ਲਿਖ ਰਹਾ ਹੂੰ, ਕਿਉਂਕਿ ਆਜ ਕਾ ਦਿਨ ਮੁਝੇ ਯੇ ਅਬੁਲ ਫੈਜ਼ ਕੀ ਯੇ ਜੋ ਆਪਕੀ ਹਯਾਤੀ ਕੀ ਇੱਕ ਖਾਸ ਜੋ ਵੋ ਆਪਣੀ ਆਖੋਂ ਸੇ ਨਹੀਂ ਦੇਖ ਪਾਏ, ਬਲਕਿ ਵਹੀ ਦੇਖ ਰਹੇ ਹੈ, ਉਨਕੇ ਅਮਰ ਸੇ ਹੀ ਸਾਰਾ ਕੁਛ ਹੋ ਰਹਾ ਹੈ, ਤੋ ਮੈਂ ਮਾਨ ਸਾਹਿਬ ਕੇ ਗੁਜ਼ਾਰਿਸ਼ ਕਰੂੰਗਾ, ਯੇ ਜੋ ਮਾਨ ਸਾਹਿਬ ਹਮਾਰੇ ਮਾਨ ਅਬਦੁਲ ਹਮੀਦ ਸਾਹਿਬ ਆਪ ਇਧਰ ਤਸ਼ਰੀਫ ਲਾਏ, ਹਮਨੇ ਠੀਕ 10 ਮਿੰਟ ਕੇ ਬਾਅਦ ਮੈਨੇ ਚਲਾ ਜਾਣਾ ਹੈ, ਮੈਂ ਔਰ ਆਪ ਕੇ ਦੋਨੋਂ ਧਮਾਲ ਇਧਰ ਡਾਲਨੀ ਹੈ, ਯੇ ਇਸ ਸਾਥ ਕੇ ਸਾਥ ਆਪ ਇਧਰ ਸਟੇਜ ਪੇ ਆ ਜਾਏ ਔਰ ਕੋਈ ਸ਼ਖਸ ਇਨਕੋ ਜੋ ਹੈ ਇਨਕੇ ਗੁਟਨੋਂ ਕੋ ਹਾਥ ਨਹੀਂ ਲਗਾਈਏਗਾ ਪਲੀਜ਼। ਯੇ ਮੈਂ ਪੀਰ ਇਮਰਾਨ ਸ਼ਾਹ ਸਾਹਿਬ ਮਾਸ਼ਾਅੱਲਾ ਮੇਰੇ ਸ਼ਹਿਨਸ਼ਾਹ ਪੀਰ ਅਲੀ ਹੈਦਰ ਸ਼ਾਹ ਸਾਹਿਬ ਨੇ ਫਿਰ ਆਪਣੇ ਚਾਚੂ ਜੀ ਕੋ ਬਿਠਾ ਲਿਆ ਹੈ ਔਰ ਜੋ ਜਾਣੇ ਵਾਲੀ ਸ਼ਖਸੀਅਤ ਹੈ ਉਨਕਾ ਬਹੁਤ ਸ਼ੁਕਰੀਆ, ਆਪਨੇ ਰੌਣਕ ਬਖਸ਼ੀ, ਹਮਾਰਾ ਮਾਨ ਬੜਾਇਆ, ਹਮਾਰੀ ਇੱਜ਼ਤੋਂ ਮੈਂ ਅਜ਼ਾਫਾ ਕੀਆ, ਔਰ ਮੈਂ ਅੰਮਾ ਜੀ ਕੀ ਸਲਾਮਤੀ ਕੀ ਦੁਆ ਮੰਗਤਾ ਹੂੰ, ਮੇਰੀ ਮਾਂ ਕੋ, ਮੇਰੀ ਬਹਿਨ ਕੋ, ਮੌਲਾ ਪੰਜ ਤੱਕ ਪਾਕ ਜੋ ਹੈ ਵੋ ਹਯਾਤੀ ਦੇ, ਅੱਲਾ ਨੇ ਉਹਨੂੰ ਯੇ ਖੁਸ਼ੀ ਨਸੀਬ ਕੀ ਹੈ, ਅੱਲਾ ਨੇ ਪੀਰ ਅਲੀ ਹੈਦਰ ਕੀ ਖੁਸ਼ੀ ਨਸੀਬ ਕੀ ਹੈ, ਅੱਲਾ ਪੀਰ ਇਮਾਮ ਹੈਦਰ ਕੀ ਖੁਸ਼ੀ ਵੀ ਨਸੀਬ ਕਰੇ, ਔਰ ਯੇ ਅਕੀਦਤ ਵਾਲੇ ਜੋ ਲੋਕ ਹੈ ਯੇ ਆਪਣੀ ਆਖੋਂ ਸੇ ਯੇ ਜੋ ਹੈ ਆਪਣੀ ਅਕੀਦਤ ਕਾ ਔਰ ਮੁਹੱਬਤੋਂ ਕਾ ਯੇ ਦੇਖੇ, ਯੇ ਆਪ ਮੂਵੀ ਜੋ ਹੈ ਉਧਰ ਲੈ ਜਾਏ ਮਾਰ ਅਬਦੁਲ ਹਮੀਦ ਕੇ ਪਾਸ, ਉਨਕੇ ਪਾਸ ਉਨਕਾ ਇੱਕ ਮਲੰਗ ਖੜਾ ਹੁਆ ਹੈ, ਵੋ ਉਨਕੇ ਘੁਟਨੇ ਕੋ ਹਾਥ ਲਗਾਨਾ ਚਾਹਤਾ ਹੈ, ਯੇ ਕਸੂਰ ਵਾਲੇ ਜੋ ਹੈ ਯੇ ਅਬਦੁਲ ਹਮੀਦ ਸੇ ਪਿਆਰ ਕਰਦੇ ਹੈ ਸਭ ਮਿਲਨੇ।